ਜੇ ਹੁਣ ਵੱਜ ਗਏ 5:30 ਦਾ ਟਾਈਮ ਹੈ ਤੇ ਅਸੀਂ ਇੱਥੇ ਰਵਾਨਾ ਹੋ ਗਏ ਘਰ ਦੀ ਤਰਫ। ਅਸਲਾਮ ਵਾਲੇ ਕੀ ਹਾਲ ਤੁਸੀਂ ਸੁਣਦੇ ਪਏ ਯੂਟਿਊਬ ਚੈਨਲ ਸਨਾਨੇ ਵਲੌਗ ਚੈਨਲ ਵਲੌਗ ਕਰਦੇ ਸਟਾਰਟ ਜੀ। ਅੱਜ ਅਸੀਂ ਇੱਥੇ ਨਾਣਾ ਸਵਿਮਿੰਗ ਪੂਲ ਪਾਣੀ ਪੁੰਦਾ ਪਿਆ ਬਰੂ ਹੈ ਤੇ ਮੁੜ ਅਸੀਂ ਇੱਥੇ ਨਾਣਾ ਸਾਡੇ ਨਾਲ ਰਿਹਾ ਅੱਜ ਦੀ ਵੀਡੀਓ ਬੜੀ ਦਿਲਚਸਪ ਹੋਣੀ ਹੈ। ਹਾਂ ਜੀ ਸਵਿਮਿੰਗ ਪੂਲ ਪਾਣੀ ਭਰਿੰਦਾ ਪਿਆ ਇਹਦੇ ਨਾਹਵਾਂ ਅਸੀਂ ਜੇ ਹੁਣ ਵੱਜ ਗਏ 5:30 ਦਾ ਟਾਈਮ ਹੈ ਅਤੇ ਅਸੀਂ ਇੱਥੇ ਰਵਾਨਾ ਹੋ ਗਏ ਘਰ ਦੀ ਤਰਫ ਅਤੇ ਆ ਇੱਥੇ ਪਿੰਡ ਨਾਲ ਉੱਥੋਂ ਟਾਈਮ ਜਾਂਦਾ ਲਾਹੌਰ ਉਹਦੇ ਤੋਂ ਅਸੀਂ ਹੁਣ ਜਾ ਕੇ ਬਹਿਣਾ ਹੈ ਉਹ 6 ਵਜੇ ਨਿਕਲਦਾ ਟਾਈਮ ਅਤੇ ਹੁਣ ਜੇ ਆ ਸਾਨੂੰ ਬੰਦਾ ਛੱਡਣ ਜਾਂਦਾ ਪਿਆ ਇਹ ਸਾਨੂੰ ਉੱਥੇ ਲੈਣਾ ਅਤੇ ਉਹ ਸਾਨੂੰ ਲਾਹੌਰ ਲੈਣਾ ਅਤੇ ਮੁੜ ਮਿਲਦੇ ਹਾਂਗਾ ਜਾ ਕੇ। ਹੁਣ ਅਸੀਂ ਲਾਹੌਰ ਲੱਥੇ ਹਾਂ ਅਤੇ ਹੁਣ ਜਾਣਾ ਮੱਛੀ ਮੰਡੀ ਉੱਥੇ ਥੋੜ੍ਹੀ ਮੱਛੀ ਲੈਣੀ ਹੈ ਅਤੇ ਫਿਰ ਜਾਣਾ 32 ਚੌਂਕ 'ਚ ਉੱਥੋਂ ਬਹਿ ਕੇ ਅਸੀਂ ਜਾਣਾ ਪਿੰਡੀ ਬੈਠੀਆਂ ਜਾਣੇ ਕੋਈ ਲਾਹੌਰ ਟ੍ਰੈਫਿਕ ਕਿੱਦਾਂ ਸਰ ਮਿਲਦੇ ਹਾਂ ਜਾ ਕੇ ਮੰਡੀ ਵਿੱਚ। ਹੁਣ ਮੱਛੀ ਲਈਏ ਆਏ ਲਈਏ ਬੱਟੂ ਵਿੱਚ ਅਤੇ ਹੁਣ ਅਸੀਂ ਚੱਲੇ ਹਾਂ ਲਾਰੀ ਅੱਡੇ ਉੱਥੋਂ ਮੁੜ ਬੱਸ 'ਤੇ ਬਣਨੇ ਹਾਂ ਅਤੇ ਮੁੜ ਜਾਣਾ ਘਰ ਦੀ ਤਰਫ। ਖੁਸ਼ੀ ਖੁਸ਼ੀ ਆਏ ਹਾਂ ਪਿੰਡੀ ਬੱਟੀਆਂ ਲੱਥੇ ਹਾਂ ਇੱਥੋਂ ਨਾਸ਼ਤਾ ਕੀਤਾ ਅਤੇ ਹੁਣ ਪਿੱਛੋਂ ਘਰ ਸਕੂਟਰ ਲਗਾ ਹੁੰਦਾ ਉਹਦੇ 'ਤੇ ਘਰ ਜਾਣਾ ਅਤੇ ਜੀ ਹੁਣ ਅਸੀਂ ਵਾਪਸ ਆਪਣੇ ਪਿੰਡ ਆ ਗਏ ਹਾਂ ਜੀ। ਹੁਣ ਇੱਥੇ ਵਾਲੀਬਾਲ ਖੇਡਦੇ ਪਿੰਡ ਤੁਹਾਨੂੰ ਜੀ ਆ ਵਾਲੀਬਾਲ ਖੇਡਦੇ ਪਿੰਡ ਜੇ ਸੁਣ ਜੱਟ ਵਾਲੀਬਾਲ ਵੇਖ ਲਵੀ ਆ ਤੁਹਾਡੇ ਨਾਲ ਆ ਕੇ ਮਿਲਦੇ ਹਾਂ ਜੀ। ਜੀ ਹੁਣ ਮੈਂ ਦੁਕਾਨ 'ਤੇ ਸ਼ਰਮਾ ਖਾਧਾ ਅਤੇ ਹੁਣ ਚੱਲੇ ਹਾਂ ਘਰ। ਇਹ ਅੱਜ ਦਾ ਸਾਡਾ ਨਿੱਕਾ ਜਿਹਾ ਵਲੌਗ ਅਤੇ ਵਲੌਗ ਅੱਛਾ ਲੱਗੇ ਅਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰ ਦੇ ਅਤੇ ਅੱਲਾ ਹਾਫਿਜ਼ ਮਿਲਦੇ ਹਾਂ ਅਗਲੇ ਵਲੌਗ ਵਿੱਚ। ਦੋਸਤੋ ਹਮਾਰੀ ਵੀਡੀਓ ਅੱਛੀ ਲੱਗੀ ਹੋ ਤਾਂ ਹਮਾਰੇ ਚੈਨਲ ਪੇਂਡੂ ਨਿਊਜ਼ ਕੋ ਸਬਸਕ੍ਰਾਈਬ ਕਰੇਂ ਲਾਈਕ ਕਰੇਂ ਔਰ ਬੈਲ ਆਈਕਨ ਕੋ ਦਬਾਏ ਤਾਂ ਕਿ ਹਰ ਆਉਣ ਵਾਲੀ ਨਈ ਵੀਡੀਓ ਆਪ ਤੱਕ ਪਹੁੰਚ ਸਕੇ।